ਕੱਲ੍ਹ ਰਾਜਪੁਰਾ ਬੈਰੀਅਰ 'ਤੇ ਡਾਕਾ ਲਾਇਆ ਹੋਇਆ ਸੀਗਾ ਅਤੇ ਰਾਜਸਥਾਨ ਦੀ ਤਰਫੋਂ ਇੱਕ ਟੈਂਟਰ ਆਇਆ, ਹਾਂਜੀ 2137 ਨੰਬਰ ਸੀ, ਜਿਹਦੇ ਵਿੱਚ ਗੰਢੇ ਲੱਦੇ ਹੋਏ ਸੀ, ਜਿਹਦੇ ਕੈਬਨ ਨੂੰ ਚੈੱਕ ਕੀਤਾ, ਉਹਦੇ ਵਿੱਚੋਂ 35 ਕਿਲੋ ਗੋਸ਼ਤ ਮਿਲਿਆ ਅਤੇ ਡਰਾਈਵਰ ਦਾ ਨਾਂ ਸੀ ਪਰਮਜੀਤ ਸਿੰਘ ਸਨਕ ਗੁਰਦੀਪ ਸਿੰਘ ਪਿੰਡ ਅਰਨੀਵਾਲਾ। ਠੀਕ ਹੈ। ਥਾਣਾ ਬਹਾਵਵਾਲਾ ਦੀ ਪੁਲਿਸ ਨੇ ਬੀਤੀ ਸ਼ਾਮ ਨੂੰ ਰਾਜਪੁਰਾ ਬੈਰੀਅਰ 'ਤੇ ਇੱਕ ਕੈਂਟਰ ਚਾਲਕ ਨੂੰ ਭੁੱਕੀ ਸਮੇਤ ਗ੍ਰਿਫਤਾਰ ਕੀਤਾ, ਜੋ ਕਿ ਪਿਆਜ਼ ਦੀ ਆੜ ਦੇ ਵਿੱਚ ਰਾਜਸਥਾਨ ਤੋਂ ਭੁੱਕੀ ਪੰਜਾਬ ਲਿਆ ਰਿਹਾ ਸੀ, ਪਰ ਬੈਰੀਅਰ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਉਸ ਨੂੰ ਕਾਬੂ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ SHO ਸੁਖਦੇਵ ਸਿੰਘ ਬੀਤੀ ਸ਼ਾਮ ਰਾਜਪੁਰਾ ਬੈਰੀਅਰ 'ਤੇ ਮੌਜੂਦ ਸਨ। ਉਹਨਾਂ ਨੇ ਸਾਧੂ ਸ਼ਹਿਰ ਦੇ ਵੱਲੋਂ ਆ ਰਹੇ ਇੱਕ ਟਰੱਕ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਰੋਕ ਕੇ ਉਸਦੀ ਚੈਕਿੰਗ ਕੀਤੀ। ਉਸਦੇ ਕੈਬਿਨ ਦੇ ਵਿੱਚੋਂ 35 ਕਿਲੋ ਭੁੱਕੀ ਬਰਾਮਦ ਹੋਈ ਹੈ। ਕੈਂਟਰ ਚਾਲਕ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਅਰਨੀਵਾਲਾ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ ਕਾਬੂ ਕਰਕੇ ਉਸਦੇ ਖਿਲਾਫ਼ NDPS ਐਕਟ ਦੇ ਤਹਿਤ 15-61 ਦੇ ਤਹਿਤ ਮਾਮਲਾ ਦਰਜ ਕਰ ਲਿਆ। ਉਸ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਲਿਆਂਦਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਉਸ ਤੋਂ ਪੁੱਛਗਿੱਛ ਵੀ ਕੀਤੀ ਜਾਵੇਗੀ ਕਿ ਉਸਨੇ ਭੁੱਕੀ ਕਿੱਥੋਂ ਲਿਆਂਦੀ ਸੀ ਅਤੇ ਪੰਜਾਬ ਦੇ ਵਿੱਚ ਕਿੱਥੇ ਸਪਲਾਈ ਕਰਨ ਉਸਦੇ ਵੱਲੋਂ ਜਾਇਆ ਜਾਣਾ ਸੀ। ਬਿਊਰੋ ਰਿਪੋਰਟ AATV ਅਤੇ ਪੰਜਾਬ ਹਰਿਆਣਾ ਲਾਈਵ। ਜੀ ਕਿਹੜਾ ਆਰੋਪੀ ਫੜਿਆ, ਕੀ ਫੜਿਆ ਉਹਦੇ ਕੋਲੋਂ? ਜੀ ਇਹ ਕੱਲ੍ਹ ਰਾਜਪੁਰਾ ਬੈਰੀਅਰ 'ਤੇ ਡਾਕਾ ਲਾਇਆ ਹੋਇਆ ਸੀਗਾ ਅਤੇ ਰਾਜਸਥਾਨ ਦੀ ਤਰਫੋਂ ਇੱਕ ਟੈਂਟਰ ਆਇਆ, ਹਾਂਜੀ 2137 ਨੰਬਰ ਸੀ, ਜਿਹਦੇ ਵਿੱਚ ਗੰਢੇ ਲੱਦੇ ਹੋਏ ਸੀ, ਜਿਹਦੇ ਕੈਬਨ ਨੂੰ ਚੈੱਕ ਕੀਤਾ, ਉਹਦੇ ਵਿੱਚੋਂ 35 ਕਿਲੋ ਗੋਸ਼ਤ ਮਿਲਿਆ ਅਤੇ ਡਰਾਈਵਰ ਦਾ ਨਾਂ ਸੀ ਪਰਮਜੀਤ ਸਿੰਘ ਸਨਕ ਗੁਰਦੀਪ ਸਿੰਘ ਪਿੰਡ ਅਰਨੀਵਾਲਾ। ਠੀਕ ਹੈ। ਫਾਜ਼ਿਲਕਾ ਦਾ ਰਹਿਣ ਵਾਲਾ ਜੀ। ਇਹ ਕਿੱਥੋਂ ਲਿਆਇਆ ਸੀ ਪੋਸਟ? ਜੀ ਇਹ ਰਾਜਸਥਾਨ ਤੋਂ ਲੈ ਕੇ ਆਇਆ ਜੀ, ਜੈਪੁਰ ਸਾਈਡ ਤੋਂ। ਅਤੇ ਦੇਣਾ ਕਿੱਥੇ ਸੀ ਇਹਨਾਂ ਜੀ ਕੋਈ? ਇਹਨੇ ਆਪਣੇ ਅਰਨੀਵਾਲਾ ਹੀ ਦੇਣਾ ਸੀ ਜੀ। ਅਤੇ ਕੋਈ ਪਹਿਲਾਂ ਵੀ ਪਰਚੇ ਦਰਜ ਨਹੀਂ ਆਉਂਦੇ ਇੱਥੇ ਜੀ? ਇੱਥੇ ਤਫਤੀਸ਼ ਜਾਰੀ ਹੈ, ਪਤਾ ਕਰਨਾ ਵੀ ਹੋਇਆ ਕਿ ਨਹੀਂ ਹੋਇਆ ਪਰਚੇ ਪਹਿਲਾਂ ਕੋਈ। ਮਾਮਲਾ ਦਰਜ ਕੀਤਾ ਗਿਆ ਸਰ? ਮਾਮਲਾ ਦਰਜ ਕਰਤਾ ਜੀ, 20 ਨੰਬਰ ਮੁਕੱਦਮਾ 26-24 ਨੂੰ ਦਰਜ ਕੀਤਾ ਗਿਆ, 15-85 NDP ਸਾਈਡ ਤੋਂ ਲਿਆ ਸੀ। ਠੀਕ ਹੈ ਸਰ।